ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਿਸ ਦੌਰਾਨ ਉਨ੍ਹਾਂ ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਨਿਗਮ ਦੀਆਂ ਚੋਣਾਂ ਦੇ ਮੱਦੇਨਜ਼ਰ ਇੱਕ ਰਣਨੀਤੀ ਉਲੀਕਣ ਦੀ ਗੱਲ ਕੀਤੀ। ਪੰਜਾਬ ਦੇ ਕੈਬਨਿਟ ਮੰਤਰੀ ਨੇ ਕਿਹਾ ਕਿ ਉਹ ਇਹਨਾਂ ਚੋਣਾਂ ਨੂੰ ਪਾਰਦਰਸ਼ੀ ਢੰਗ ਦੇ ਨਾਲ ਕਰਵਾਉਣ ਦੇ ਲਈ ਵਚਨਬੱਧ ਨੇ। ਉਹਨੇ ਵੀ ਕਿਹਾ ਕਿ ਸ਼ਹਿਰ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ। It is not about the date, it is about development. Sada agenda kisi date de utte nahi khada, sada jada agenda hai oh totally development de utte khada hai. Aur ek proper agenda leke assi lokan nu eh dassna hai ki bhai aa is tarah sade kol aa sadhan ne, inna sadhana de naal assi unna nu aa suvidha deni hai. And agar main inu sum up karke ਤਿੰਨ ਵਰਡਸ ਦੇ ਵਿੱਚ ਕਹਿਣਾ ਹੋਵੇ ਤਾਂ ਕੈਪਟਨ ਸਾਹਿਬ ਦੀ ਜਿਹੜੀ ਸਰਕਾਰ ਹੈ, ਕੈਪਟਨ ਸਰਕਾਰ ਦਾ ਔਰ ਜੋ ਜਾਖੜ ਸਾਹਿਬ ਦਾ ਔਰ ਸਾਡਾ ਸਾਰਿਆਂ ਦਾ ਅੱਜ ਏਜੰਡਾ ਤੈਅ ਹੋਇਆ ਉਹ ਹੈ ਵਿਕਾਸ, ਵਿਕਾਸ ਔਰ ਵਿਕਾਸ। ਪਿਛਲੇ ਇਲੈਕਸ਼ਨ ਜਿਹੜੇ ਹੋਏ ਸੀਗੇ ਉਹਦੇ 'ਚ ਬਹੁਤ ਧੱਕਾ ਹੋਇਆ ਸੀ, ਲੋਕਤੰਤਰ ਦਾ ਹਨਨ ਹੋਇਆ ਸੀ। ਜਿੱਤੇ ਹੋਏ ਬੰਦੇ ਜਿਹੜੇ ਘੋੜਿਆਂ 'ਤੇ ਚੜ੍ਹ ਕੇ ਸੈਲੀਬ੍ਰੇਟ ਕਰ ਰਹੇ ਸੀ ਉਹਨਾਂ ਨੂੰ ਉੱਥੋਂ ਲਾਹ ਕੇ ਕਿਹਾ ਗਿਆ ਵੀ ਭਾਈ ਤੁਸੀਂ ਹਾਰ ਗਏ, ਡੀਸੀ ਨੇ ਚਿੱਠੀ ਫੜਾਤੀ। ਸਾਡਾ ਮਨਸੂਬਾ ਇਹ ਨਹੀਂ ਹੈ, ਟੂ ਰੋਂਗਸ ਵਿਲ ਨੈਵਰ ਮੇਕ ਵਨ ਰਾਈਟ। ਅਸੀਂ ਲੋਕਤੰਤਰ ਨੂੰ ਮੱਦੇਨਜ਼ਰ ਰੱਖਦੇ ਹੋਏ ਇਲੈਕਸ਼ਨ ਨੂੰ ਪਾਰਦਰਸ਼ਿਤਾ ਨਾਲ ਕਰਾਉਣਾ, ਪ੍ਰੋਪਰ ਏਜੰਡੇ ਦੇ ਉੱਤੇ ਕਰਾਉਣਾ ਔਰ ਜਿਹਦੇ 'ਚ ਹਰ ਬੰਦਾ ਮਹਿਫੂਜ਼ ਸਮਝੇ ਔਰ ਵੋਟਾਂ ਦੇ ਆਧਾਰ ਦੇ ਉੱਤੇ ਜਿੱਤ ਤੈਅ ਹੋਵੇ ਉਸ ਤਰੀਕੇ ਦੇ ਨਾਲ ਕਰਾਉਣਾ। ਕਿਉਂਕਿ ਇਹ ਸਟੇਟ ਇਲੈਕਸ਼ਨ ਕਮਿਸ਼ਨ ਦਾ ਮਾਮਲਾ, ਇਸ ਕਰਕੇ ਇਹ ਗੱਲ ਮੈਂ ਕਹਿਣੀ ਬਹੁਤ ਜ਼ਰੂਰੀ ਸਮਝਦਾ।